everybody, my name is Rohani and my age is 10. I study in Oxford School, Moga. ਹੁਣ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਕਰੋਨਾ ਦਾ ਟਾਈਮ ਚੱਲ ਰਿਹਾ ਅਤੇ ਇਸ ਟਾਈਮ ਵਿੱਚ ਕਈ ਲੋਕ ਨੇ ਜੋ ਬਹੁਤ ਡਰੇ ਹੋਏ ਨੇ ਪਰ ਤੁਸੀਂ ਡਰਨਾ ਨਹੀਂ ਹੈ ਤੁਸੀਂ ਅੱਗੇ ਜਾ ਕੇ ਇਸ ਕਰੋਨਾ ਨਾਲ ਲੜਨਾ ਹੈ ਕਰੋਨਾ ਨੂੰ ਆਪਾਂ ਹਰਾਉਣਾ ਹੈ ਆਪਾਂ ਕਰੋਨਾ ਨੂੰ ਮਿਲ ਕੇ ਹਰਾਉਣਾ ਹੈ ਅਤੇ ਆਪਾਂ ਜਿੱਤਾਂਗੇ ਆਪਾਂ ਇਸ ਜੰਗ ਨੂੰ ਜਿੱਤਾਂਗੇ ਪਰ ਹੁਣ ਕਰੋਨਾ ਨਾਲ ਇਹ ਆਪਣੀ ਜੰਗ ਹੈ ਪਰ ਅਤੇ ਜੰਗ ਨੂੰ ਜਿੱਤਣ ਵਾਸਤੇ ਆਪਾਂ ਨੂੰ ਕੀ ਚਾਹੀਦੇ ਨੇ ਹਥਿਆਰ ਅਤੇ ਹੁਣ ਉਹ ਹਥਿਆਰ ਕਿਹੜੇ ਨੇ ਫੇਸ ਮਾਸਕ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਣਾ ਹੈ ਤੁਸੀਂ ਫੇਸ ਮਾਸਕ ਜ਼ਰੂਰ ਪਾਉਣਾ ਹੈ ਦੂਜਾ ਹਥਿਆਰ ਹੈਗਾ ਸੈਨੀਟਾਈਜ਼ਰ ਕੋਈ ਵੀ ਕੰਮ ਕਰਨ ਤੋਂ ਬਾਅਦ ਕੋਈ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਨਾ ਹੈ ਸੈਨੀਟਾਈਜ਼ ਯੋਰ ਹੈਂਡ ਆਫਟਰ ਡੂਇੰਗ ਐਨੀ ਵਰਕ ਔਰ ਆਫਟਰ ਟੱਚਿੰਗ ਐਨੀਥਿੰਗ ਯੂ ਮਸਟ ਸੈਨੀਟਾਈਜ਼ ਯੋਰ ਹੈਂਡ ਤੀਜਾ ਹਥਿਆਰ ਹੈਗਾ ਵਾ ਹੁਣ ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲ ਸੈਨੀਟਾਈਜ਼ਰ ਨਹੀਂ ਹੁੰਦਾ ਜਾਂ ਉਹ ਸੈਨੀਟਾਈਜ਼ਰ ਨਹੀਂ ਖਰੀਦ ਸਕਦੇ ਅਤੇ ਉਹ ਕੀ ਕਰ ਸਕਦੇ ਨੇ ਸਿੰਪਲ ਸੋਪ ਨਾਲ ਸਿੰਪਲ ਸਾਬਣ ਨਾਲ ਆਪਣੇ ਹੱਥ 20 ਸੈਕਿੰਡ ਵਾਸਤੇ ਧੋ ਲੈਣ ਉਹ ਨੋਰਮਲ ਸੋਪ ਵੀ ਯੂਜ਼ ਕਰ ਸਕਦੇ ਨੇ ਆਪਣੇ ਹੱਥ ਸਾਫ਼ ਕਰਨ ਵਾਸਤੇ ਹੁਣ ਚੌਥਾ ਹਥਿਆਰ ਅਤੇ ਸਭ ਤੋਂ ਵਧੀਆ ਹਥਿਆਰ ਹੈਗਾ ਵਾ ਸਟੇ ਹੋਮ ਘਰੇ ਰਹੋ ਹੁਣ ਇਸ ਅਗਰ ਤੁਸੀਂ ਇਸ ਹਥਿਆਰ ਨੂੰ ਵਰਤੋਗੇ ਨਾ ਕਰੋਨਾ ਨੂੰ ਜਿੱਤ ਕਰੋਨਾ ਤੋਂ ਜਿੱਤਣ ਵਾਸਤੇ ਤੁਹਾਨੂੰ ਫੇਸ ਮਾਸਕ ਦੀ ਜ਼ਰੂਰਤ ਹੀ ਨਹੀਂ ਪੈਣੀ ਨਾ ਹੀ ਗਲਵਸ ਦੀ ਨਾ ਹੀ ਫੇਸ ਮਾਸਕ ਦੀ ਹੁਣ ਉਸ ਤੋਂ ਬਾਅਦ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਉਹ ਕਰੋਨਾ ਵਾਰੀਅਰਸ ਦਾ ਜਿਹੜੇ ਇਸ ਮੁਸ਼ਕਿਲ ਦੇ ਘੜੇ ਵਿੱਚ ਵੀ ਆਪਣਾ ਸਾਥ ਦੇ ਰਹੇ ਨੇ ਜਿਹੜੇ ਇਸ ਮੁਸ਼ਕਿਲ ਦੇ ਘੜੇ ਵਿੱਚ ਵੀ ਆਪਾਂ ਨੂੰ ਬਚਾ ਰਹੇ ਨੇ ਮੈਂ ਇਹ ਗੱਲ ਪ੍ਰਾਊਡ ਨਾਲ ਕਹਿੰਦੀ ਹਾਂ ਕਿ ਮੈਂ ਵੀ ਇੱਕ ਕਰੋਨਾ ਵਾਰੀਅਰ ਦੀ ਬੇਟੀ ਹਾਂ ਕਿਉਂਕਿ ਮੈਂ ਹਾਂ ਅੰਬੈਸਡਰ ਆਫ ਹੋਪ ਆਈ ਐਮ ਅੰਬੈਸਡਰ ਆਫ ਹੋਪ ਮੈਂ ਇਹ ਗੱਲ ਪ੍ਰਾਊਡ ਨਾਲ ਕਹਿੰਦੀ ਹਾਂ ਕਿ ਮਾਈ ਮਦਰ ਇਜ਼ ਆਲਸੋ ਕਰੋਨਾ ਵਾਰੀਅਰ ਮਾਈ ਮਦਰ ਵਰਕਸ ਇਨ ਅ ਹੋਸਪਿਟਲ ਮੇਰੇ ਮੰਮਾ ਹੋਸਪਿਟਲ 'ਚ ਕੰਮ ਕਰਦੇ ਨੇ ਉਹ ਵੀ ਇੱਕ ਕਰੋਨਾ ਵਾਰੀਅਰ ਹੈ ਮੈਂ ਵੀ ਕਰੋਨਾ ਵਾਰੀਅਰ ਹਾਂ ਮੈਂ ਵੀ ਆਪਣੇ ਆਪ ਨੂੰ ਬਚਾਊਂਗੀ ਅਤੇ ਮੈਂ ਵਾਂ ਅੰਬੈਸਡਰ ਆਫ ਹੋਪ ਉਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹੁਣ ਕਈ ਬੱਚੇ ਨੇ ਜੋ ਕਹਿ ਰਹੇ ਨੇ ਕਿ ਅਸੀਂ ਘਰੇ ਰਹਿ ਕੇ ਬੋਰ ਹੋ ਰਹੇ ਹਾਂ ਸਾਡੇ ਕੋਲ ਕੁਛ ਕਰਨ ਨੂੰ ਨਹੀਂ ਗਾ ਤੁਸੀਂ ਆਪ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਹੋ ਕੀ ਕਰਕੇ ਘਰੇ ਰਹਿ ਕੇ ਯੂਟਿਊਬ ਖੋਲ੍ਹ ਕੇ ਤੁਸੀਂ ਉੱਥੇ ਕਿੰਨਾ ਕੁਛ ਵੇਖ ਸਕਦੇ ਹੋ ਫਨ ਵੀਡੀਓਜ਼ ਕੁਛ ਕੁਕਿੰਗ ਵੇਖ ਲਓ ਕੁਛ ਆਰਟ ਐਂਡ ਕਰਾਫਟ ਪੇਂਟਿੰਗਸ ਕਿੰਨਾ ਕੁਛ ਹੈ ਅਤੇ ਜਿਨ੍ਹਾਂ ਦੇ ਘਰ ਗਾਰਡਨ ਹੈ ਉਹ ਕੁਛ ਗਾਰਡਨਿੰਗ ਕਰ ਲੈਣ ਤੁਸੀਂ ਪਤਾ ਕੀ ਕਰੋ ਇੱਕ ਪਲਾਂਟ ਗਰੋ ਕਰੋ ਉਹਨੇ ਸਿਰਫ ਕੋਈ ਵੀ ਕਿਸੇ ਦੇ ਵੀ ਸੀਡਸ ਲੈ ਕੇ ਨਾ ਉਹ 'ਚ ਪਲਾਂਟ ਗਰੋ ਕਰੋ ਫਿਰ ਤੁਸੀਂ ਵੇਖਿਓ ਬਾਅਦ ਵਿੱਚ ਤੁਸੀਂ ਕਹੋਗੇ ਕਿ ਮੈਂ ਕਰੋਨਾ ਦੇ ਟਾਈਮ 'ਤੇ ਪਲਾਂਟ ਗਰੋ ਕੀਤਾ ਸੀ ਉਹ ਬਹੁਤ ਵੱਡਾ ਹੋ ਗਿਆ ਸੀ ਮੈਂ ਉਹਦੀ ਪੂਰੀ ਮਤਲਬ ਮੈਂ ਉਹਨੂੰ ਪੂਰਾ ਸਹੀ ਰੱਖਿਆ ਹੈ ਨਾ ਉਹਨੂੰ ਬਾਰ ਬਾਰ ਮੈਂ ਪਾਣੀ ਦੇਈ ਗਿਆ ਇੱਕ ਪਲਾਂਟ ਗਰੋ ਕਰ ਸਕਦੀ ਹਾਂ ਹੁਣ ਉਸ ਤੋਂ ਬਾਅਦ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਰੋਨਾ ਦੇ ਟਾਈਮ ਦੇ ਵਿੱਚ ਬਿਲਕੁਲ ਨਹੀਂ ਡਰਨਾ ਤੁਸੀਂ ਕਰੋਨਾ ਦੇ ਟਾਈਮ ਵਿੱਚ ਡਰਨਾ ਨਹੀਂ ਹੈ ਕਹਾਵਤ ਸੁਣੀ ਹੈ ਤੁਸੀਂ ਕਿ ਜੋ ਡਰ ਗਿਆ ਉਹ ਮਰ ਗਿਆ ਤੁਸੀਂ ਨਹੀਂ ਡਰਨਾ ਹੈ ਤੁਸੀਂ ਅੱਗੇ ਜਾ ਕੇ ਕਰੋਨਾ ਨਾਲ ਲੜਨਾ ਹੈ ਇਸ ਜੰਗ ਨੂੰ ਜਿੱਤਣਾ ਹੈ ਹੁਣ ਆਖਿਰ 'ਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਰੇਨੂ ਮੰਮਾ ਵੀ ਕਹਿੰਦੇ ਹੁੰਦੇ ਨੇ ਮੁਸੀਬਤ ਦੇ ਨਾਂ ਤੋਂ ਘਬਰਾ ਰਿਹਾ ਹੈ ਮੁਸੀਬਤ ਦੇ ਨਾਂ ਤੋਂ ਘਬਰਾ ਰਿਹਾ ਹੈ ਕਦੀ ਇਸ ਤਰ੍ਹਾਂ ਵੀ ਗੁਜ਼ਾਰੇ ਹੋਏ ਨੇ ਕਦੀ ਇਸ ਤਰ੍ਹਾਂ ਵੀ ਗੁਜ਼ਾਰੇ ਹੋਏ ਨੇ ਉਹਨਾਂ ਵੱਲ ਵੇਖੋ ਜੋ ਜਿੱਤੇ ਹੋਏ ਨੇ ਉਹਨਾਂ ਵੱਲ ਨਾ ਵੇਖੋ ਜੋ ਹਾਰੇ ਹੋਏ ਨੇ ਹੁਣ ਮੈਂ ਆਖਿਰ 'ਤੇ ਥੈਂਕ ਯੂ ਕਰਨਾ ਚਾਹੁੰਦੀ ਹਾਂ ਐਜੂਕੇਸ਼ਨ ਮਿਨਿਸਟਰ ਆਫ ਪੰਜਾਬ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਮੇਰੀ ਫੀਲਿੰਗਸ ਐਕਸਪ੍ਰੈਸ ਕਰਨ ਦਾ ਮੈਨੂੰ ਸਭ ਨੂੰ ਦੱਸਣ ਦਾ ਕਿ ਮੈਂ ਕੀ ਸੋਚਦੀ ਹਾਂ ਥੈਂਕ ਯੂ